ਕੀ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਬਲਕੌਰ ਸਿੰਘ ਜੋ ਕਿ ਬਠਿੰਡਾ ਤੋਂ ਆਜ਼ਾਦ ਉਮੀਦਵਾਰ ਲੜਨ ਜਾ ਰਹੇ ਨੇ ਉਹਨਾਂ ਦਾ ਸਾਥ ਰਾਜਾ ਵੜਿੰਗ ਦੇਣਗੇ? ਆਪ ਹੀ ਸੁਣ ਲਓ। ਬਲਕੌਰ ਸਿੰਘ, ਬਲਕੌਰ ਸਿੰਘ ਜੀ ਅਗਰ ਚੁਣਾਵ ਲੜ ਰਹੇ ਹੈ ਸਾਡੇ ਤਾਂ ਉਹ ਬਹੁਤ ਹੀ ਸਤਿਕਾਰਯੋਗ ਨੇ, ਸਾਡੇ ਤਾਂ ਬਹੁਤ ਹੀ ਉਹ ਪਿਆਰੇ ਨੇ। ਬਲਕੌਰ ਸਿੰਘ ਨੇ ਕਿਉਂ ਨਹੀਂ ਐਕਸੈਪਟ ਕੀਤਾ ਕਾਂਗਰਸ ਦਾ ਆਫਰ? ਕਾਂਗਰਸ ਦੇ ਵੱਲੋਂ ਕਿਉਂ ਨਹੀਂ ਲੜੀ ਬਠਿੰਡਾ ਤੋਂ ਚੋਣ? ਅਸੀਂ ਉਹਨਾਂ ਨੂੰ ਇਹ ਵੀ ਕਿਹਾ ਸੀ ਬੇਸ਼ੱਕ ਉਹਨਾਂ ਨੇ ਕਾਂਗਰਸ ਪਾਰਟੀ ਤੋਂ ਚੁਣਾਵ ਲੜਨਾ ਹੈ ਤਾਂ ਤੁਸੀਂ ਲੜੋ, ਅਸੀਂ ਤੁਹਾਡੇ ਵਾਸਤੇ ਹਾਜ਼ਰ ਹੈ, ਕਿਉਂਕਿ ਸਾਡਾ ਇੱਕ ਪਰਿਵਾਰ ਹੈ, ਸਿੱਧੂ ਸਾਡਾ ਭਰਾ ਸੀਗਾ, ਪਰ ਸਾਨੂੰ ਬੜਾ ਦੁੱਖ ਹੈ ਸਿੱਧੂ ਦਾ। ਤਾਂ ਬਲਕੌਰ ਸਿੰਘ ਦੇ ਸਿਆਸਤ 'ਚ ਐਂਟਰੀ ਦੀਆਂ ਚਰਚਾਵਾਂ 'ਤੇ ਰਾਜਾ ਵੜਿੰਗ ਬੋਲੇ ਨੇ, ਬਲਕੌਰ ਸਿੰਘ ਸਾਡੇ ਲਈ ਬਹੁਤ ਹੀ ਸਤਿਕਾਰਯੋਗ ਨੇ। ਰਾਜਾ ਵੜਿੰਗ ਦਾ ਇਹ ਕਹਿਣਾ ਹੈ, ਅਸੀਂ ਤਾਂ ਕਾਂਗਰਸ ਤੋਂ ਟਿਕਟ ਦੇਣ ਦੀ ਵੀ ਗੱਲ ਕਹੀ ਸੀ, ਬਲਕੌਰ ਸਿੰਘ ਸਾਡੇ ਦੇ ਲਈ ਪਰਿਵਾਰ ਵਾਂਗ ਨੇ, ਜੇ ਬਲਕੌਰ ਸਿੰਘ ਚੋਣ ਲੜਨ ਜਾ ਰਹੇ ਨੇ ਤਾਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ। ਇਸ ਤਰੀਕੇ ਦਾ ਕੁਝ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਵਧਾਈ ਦਿੱਤੀ ਗਈ ਹੈ ਬਲਕੌਰ ਸਿੰਘ ਨੂੰ। ਵੈਸੇ ਤਾਂ ਸਵੇਰ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਬਲਕੌਰ ਸਿੰਘ ਜੋ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਨੇ, ਉਹਨਾਂ ਦਾ ਸਿਆਸੀ ਮਨ ਮੁਟਾਵ ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੱਧੂ ਦੇ ਨਾਲ ਚੱਲ ਰਿਹਾ ਹੈ, ਜਿਸ ਕਰਕੇ ਇੰਜ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਬਲਕੌਰ ਸਿੰਘ ਇਹ ਵਾਲੀਆਂ ਚੋਣਾਂ ਲੜਨ ਜਾ ਰਹੇ ਨੇ। ਤਾਂ ਬਠਿੰਡਾ ਤੋਂ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਚੋਣਾਂ ਲੜ ਸਕਦੇ ਨੇ, ਇਸ ਤਰੀਕੇ ਦੀ ਜਿਹੜੇ ਸੂਤਰ ਨੇ ਉਹਨਾਂ ਦੇ ਹਵਾਲੇ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ। ਬਤੌਰ ਆਜ਼ਾਦ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਰ ਸਕਦੇ ਨੇ ਬਲਕੌਰ ਸਿੰਘ, ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਦੇ ਰਿਹਾ। ਹਾਲੇ ਕੋਈ ਵੀ ਇਸ ਖਬਰ 'ਤੇ ਮੋਹਰ ਨਹੀਂ ਲਗਾਈ ਗਈ ਹੈ, ਨਾ ਹੀ ਬਲਕੌਰ ਸਿੰਘ ਨੇ ਇਸ 'ਤੇ ਰਿਐਕਸ਼ਨ ਕੀਤਾ ਹੈ, ਕਿਉਂਕਿ ਤੁਹਾਨੂੰ ਦੱਸ ਦਈਏ ਕਿ ਰਾਜਾ ਵੜਿੰਗ ਦੇ ਵੱਲੋਂ ਹੀ ਸਿੱਧੂ ਮੂਸੇਵਾਲੇ ਨੂੰ ਕਾਂਗਰਸ ਪਾਰਟੀ ਜੁਆਇਨ ਕਰਵਾਈ ਗਈ ਸੀ। ਰਾਜਾ ਵੜਿੰਗ ਦੇ ਕਹਿਣ 'ਤੇ ਹੀ ਸਿੱਧੂ ਮੂਸੇਵਾਲਾ ਮਾਨਸੇ ਤੋਂ MLA ਦੀਆਂ ਚੋਣਾਂ ਵੇਲੇ ਉਤਰੇ ਸਨ, ਅਤੇ ਹੁਣ ਬਲਕੌਰ ਸਿੰਘ ਬਠਿੰਡਾ ਦੀ ਸੀਟ 'ਤੇ ਉਤਰਨ ਜਾ ਰਹੇ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ। ਰਾਜਾ ਵੜਿੰਗ ਨੇ ਕੀ ਕਿਹਾ ਸੁਣਦੇ ਹਾਂ। ਕਾਂਗਰਸ ਦੇ ਪ੍ਰਧਾਨ ਨੇ ਕਾਫੀ ਨੇੜਤਾ ਰਹੀ ਹੈ ਸਿੱਧੂ ਮੂਸੇਵਾਲਾ ਅਤੇ ਉਸਦੇ ਪਰਿਵਾਰ ਦੇ ਨਾਲ, ਆਓ ਜਾਣਦੇ। ਬੜਾ ਦੁੱਖ ਹੈ, ਚੰਗਾ ਹੁੰਦਾ ਜੇ ਅੱਜ ਸਿੱਧੂ ਸਾਡੇ ਵਿਚਕਾਰ ਹੁੰਦਾ, ਜੇ ਉਹ ਭਰ ਰਹੇ ਨੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ, ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ। ਕੀ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਬਲਕੌਰ ਸਿੰਘ ਜੋ ਕਿ ਬਠਿੰਡਾ ਤੋਂ ਆਜ਼ਾਦ ਉਮੀਦਵਾਰ ਲੜਨ ਜਾ ਰਹੇ ਨੇ ਉਹਨਾਂ ਦਾ ਸਾਥ ਰਾਜਾ ਵੜਿੰਗ ਦੇਣਗੇ? ਆਪ ਹੀ ਸੁਣ ਲਓ। ਬਲਕੌਰ ਸਿੰਘ ਜੀ ਅਗਰ ਚੁਣਾਵ ਲੜ ਰਹੇ ਹੈ ਸਾਡੇ ਤਾਂ ਉਹ ਬਹੁਤ ਹੀ ਸਤਿਕਾਰਯੋਗ ਨੇ, ਸਾਡੇ ਤਾਂ ਬਹੁਤ ਹੀ ਉਹ ਪਿਆਰੇ ਨੇ। ਬਲਕੌਰ ਸਿੰਘ ਨੇ ਕਿਉਂ ਨਹੀਂ ਐਕਸੈਪਟ ਕੀਤਾ ਕਾਂਗਰਸ ਦਾ ਆਫਰ? ਕਾਂਗਰਸ ਦੇ ਵੱਲੋਂ ਕਿਉਂ ਨਹੀਂ ਲੜੀ ਬਠਿੰਡਾ ਤੋਂ ਚੋਣ? ਅਸੀਂ ਉਹਨਾਂ ਨੂੰ ਇਹ ਵੀ ਕਿਹਾ ਸੀ ਬੇਸ਼ੱਕ ਉਹਨਾਂ ਨੇ ਕਾਂਗਰਸ ਪਾਰਟੀ ਤੋਂ ਚੁਣਾਵ ਲੜਨਾ ਹੈ ਤਾਂ ਤੁਸੀਂ ਲੜੋ, ਅਸੀਂ ਤੁਹਾਡੇ ਵਾਸਤੇ ਹਾਜ਼ਰ ਹੈ, ਕਿਉਂਕਿ ਸਾਡਾ ਇੱਕ ਪਰਿਵਾਰ ਹੈ, ਸਿੱਧੂ ਸਾਡਾ ਭਰਾ ਸੀਗਾ, ਪਰ ਸਾਨੂੰ ਬੜਾ ਦੁੱਖ ਹੈ ਸਿੱਧੂ ਦਾ। ਤਾਂ ਬਲਕੌਰ ਸਿੰਘ ਦੇ ਸਿਆਸਤ 'ਚ ਐਂਟਰੀ ਦੀਆਂ ਚਰਚਾਵਾਂ 'ਤੇ ਰਾਜਾ ਵੜਿੰਗ ਬੋਲੇ ਨੇ, ਬਲਕੌਰ ਸਿੰਘ ਸਾਡੇ ਲਈ ਬਹੁਤ ਹੀ ਸਤਿਕਾਰਯੋਗ ਨੇ। ਰਾਜਾ ਵੜਿੰਗ ਦਾ ਇਹ ਕਹਿਣਾ ਹੈ, ਅਸੀਂ ਤਾਂ ਕਾਂਗਰਸ ਤੋਂ ਟਿਕਟ ਦੇਣ ਦੀ ਵੀ ਗੱਲ ਕਹੀ ਸੀ, ਬਲਕੌਰ ਸਿੰਘ ਸਾਡੇ ਦੇ ਲਈ ਪਰਿਵਾਰ ਵਾਂਗ ਨੇ, ਜੇ ਬਲਕੌਰ ਸਿੰਘ ਚੋਣ ਲੜਨ ਜਾ ਰਹੇ ਨੇ ਤਾਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ। ਇਸ ਤਰੀਕੇ ਦਾ ਕੁਝ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਵਧਾਈ ਦਿੱਤੀ ਗਈ ਹੈ ਬਲਕੌਰ ਸਿੰਘ ਨੂੰ। ਵੈਸੇ ਤਾਂ ਸਵੇਰ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਬਲਕੌਰ ਸਿੰਘ ਜੋ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਨੇ, ਉਹਨਾਂ ਦਾ ਸਿਆਸੀ ਮਨ ਮੁਟਾਵ
ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੱਧੂ ਦੇ ਨਾਲ ਚੱਲ ਰਿਹਾ ਹੈ, ਜਿਸ ਕਰਕੇ ਇੰਜ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਬਲਕੌਰ ਸਿੰਘ ਇਹ ਵਾਲੀਆਂ ਚੋਣਾਂ ਲੜਨ ਜਾ ਰਹੇ ਨੇ। ਤਾਂ ਬਠਿੰਡਾ ਤੋਂ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਚੋਣਾਂ ਲੜ ਸਕਦੇ ਨੇ, ਇਸ ਤਰੀਕੇ ਦੀ ਜਿਹੜੇ ਸੂਤਰ ਨੇ ਉਹਨਾਂ ਦੇ ਹਵਾਲੇ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ। ਬਤੌਰ ਆਜ਼ਾਦ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਰ ਸਕਦੇ ਨੇ ਬਲਕੌਰ ਸਿੰਘ, ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਦੇ ਰਿਹਾ। ਹਾਲੇ ਕੋਈ ਵੀ ਇਸ ਖਬਰ 'ਤੇ ਮੋਹਰ ਨਹੀਂ ਲਗਾਈ ਗਈ ਹੈ, ਨਾ ਹੀ ਬਲਕੌਰ ਸਿੰਘ ਨੇ ਇਸ 'ਤੇ ਰਿਐਕਸ਼ਨ ਕੀਤਾ, ਕਿਉਂਕਿ ਤੁਹਾਨੂੰ ਦੱਸ ਦਈਏ ਕਿ ਰਾਜਾ ਵੜਿੰਗ ਦੇ ਵੱਲੋਂ ਹੀ ਸਿੱਧੂ ਮੂਸੇਵਾਲੇ ਨੂੰ ਕਾਂਗਰਸ ਪਾਰਟੀ ਜੁਆਇਨ ਕਰਵਾਈ ਗਈ ਸੀ। ਰਾਜਾ ਵੜਿੰਗ ਦੇ ਕਹਿਣ 'ਤੇ ਹੀ ਸਿੱਧੂ ਮੂਸੇਵਾਲਾ ਮਾਨਸੇ ਤੋਂ MLA ਦੀਆਂ ਚੋਣਾਂ ਵੇਲੇ ਉਤਰੇ ਸਨ, ਅਤੇ ਹੁਣ ਬਲਕੌਰ ਸਿੰਘ ਬਠਿੰਡਾ ਦੀ ਸੀਟ 'ਤੇ ਉਤਰਨ ਜਾ ਰਹੇ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ। ਰਾਜਾ ਵੜਿੰਗ ਨੇ ਕੀ ਕਿਹਾ ਸੁਣਦੇ ਹਾਂ। ਕਾਂਗਰਸ ਦੇ ਪ੍ਰਧਾਨ ਨੇ ਕਾਫੀ ਨੇੜਤਾ ਰਹੀ ਹੈ ਸਿੱਧੂ ਮੂਸੇਵਾਲਾ ਅਤੇ ਉਸਦੇ ਪਰਿਵਾਰ ਦੇ ਨਾਲ, ਆਓ ਜਾਣਦੇ। ਬੜਾ ਦੁੱਖ ਹੈ, ਇਹ ਚੰਗਾ ਹੁੰਦਾ ਜੇ ਅੱਜ ਸਿੱਧੂ ਸਾਡੇ ਵਿਚਕਾਰ ਹੁੰਦਾ, ਜੇ ਉਹ ਭਰ ਰਹੇ ਨੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ, ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ।